ਅੱਜ ਹੀ ਸਾਡੀ ਪੂਰੇ ਪੰਜਾਬ 'ਚ ਇੱਕ ਸਪੈਸ਼ਲ ਕਾਸੋ ਚੱਲ ਰਿਹਾ ਜਿਹੜਾ ਗੋਲਡੀ ਬਰਾੜ ਹੈ ਉਹਦੇ ਐਸੋਸੀਏਟਸ ਹੈ ਜਿਹੜੇ ਵੀ ਖੰਨਾ 'ਚ ਸਾਨੂੰ ਜਿਨ੍ਹਾਂ ਦੀ ਡਿਟੇਲਸ ਹੈ ਉੱਥੇ ਅਸੀਂ ਅਰਲੀ ਮਾਰਨਿੰਗ 7 ਵਜੇ ਤੋਂ ਉਹਨਾਂ ਦੇ ਇੱਕ ਐਸੋਸੀਏਟ ਦੇ ਹਾਈਡਆਊਟਸ 'ਤੇ ਅਤੇ ਉਹਨਾਂ ਦੀ ਫੈਮਿਲੀਜ਼ ਦੇ ਜਿਹੜੇ ਡਵੈਲਿੰਗਸ ਹੈ ਉੱਥੇ ਸਪੈਸ਼ਲ ਚੈਕਿੰਗ ਚੱਲ ਰਹੀ ਹੈ। ਮੇਰੇ DSPs ਔਰ ਇੰਚਾਰਜ CIA ਔਰ SHO ਉਸਨੂੰ ਵੀ ਡਿਊਟੀ ਲਾਈ ਹੋਈ ਹੈ ਉੱਥੇ ਚੈਕਿੰਗ ਕਰਕੇ ਜੋ ਵੀ ਸਾਨੂੰ ਕੁਛ ਵੀ ਇਨਕ੍ਰਿਮੀਨੇਟਿੰਗ ਮਿਲਦਾ ਅਤੇ ਅਸੀਂ ਉਹਦੇ 'ਤੇ ਐਕਸ਼ਨ ਲਵਾਂਗੇ। ਔਰ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਜਿਹੜੀ ਸਾਡੀ ਡਰਾਈਵ ਹੈ ਇਹ ਕੰਟੀਨਿਊਸ ਚੱਲਦੀ ਰਹਿੰਦੀ ਹੈ। ਕਦੇ ਅਸੀਂ NDPS ਸਪੈਸੀਫਿਕ ਆਸੋ ਕਰਦੇ ਹਾਂ ਅਤੇ ਅੱਜ ਅਸੀਂ ਇਹ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈ ਗੈਂਗਸਟਰਸ ਦੇ ਐਸੋਸੀਏਟਸ ਹੈ ਉਹਨਾਂ 'ਤੇ ਦਬਿਸ਼ ਦਿੱਤੀ ਹੈ ਐਂਡ ਅਸੀਂ ਆਪਣੀ ਇਹ ਡਰਾਈਵ ਕੰਟੀਨਿਊ ਰੱਖਾਂਗੇ ਐਜ਼ ਪਰ ਆਰਡਰਸ ਆਫ ਵਰਦੀ DGP ਪੰਜਾਬ। ਆਪਣੇ ਜ਼ਿਲ੍ਹੇ 'ਚ ਉਹਨਾਂ ਦੇ ਕਿੰਨੇ ਸਾਥੀ ਹੋਣਗੇ? ਜਿਹੜਾ ਦੇਖੋ ਜੀ ਸਾਡੇ ਇੱਥੇ ਅਰਾਊਂਡ 5-6 ਹੈਗੇ, 1-2 ਜੇਲ੍ਹਾਂ 'ਚ ਬੈਠੇ ਹੋਏ ਆ, ਪਰ ਜਿਹੜੇ ਜਿਨ੍ਹਾਂ ਦੀ ਇਨਪੁਟ ਹੈ ਕਿ ਉਹ ਇੱਥੇ ਹੀ ਰਹਿੰਦੇ ਉਹਨਾਂ 'ਤੇ ਅਸੀਂ ਚੈਕਿੰਗ ਕਰ ਰਹੇ ਹਾਂ। ਕਿੰਨੇ ਮੁਲਾਜ਼ਮ ਨੇ, ਕਿੰਨੇ ਥਾਵਾਂ 'ਤੇ ਕੀਤੀ ਜਾ ਰਹੀ ਹੈ? ਦੇਖੋ ਜੀ ਸਾਡੀ 2 ਸਬ ਡਿਵੀਜ਼ਨਸ 'ਚ ਚੱਲ ਰਹੀ ਹੈ, ਖੰਨਾ ਔਰ ਪਾਇਲ। ਉੱਥੇ ਕੰਸਰਨ DSPs ਵੀ ਹੈਗੇ ਅਤੇ SHOs ਔਰ CIA ਦੀ ਟੀਮ ਮਿਲਾਈ ਹੋਈ।